ਬਿਕਰਮ ਸਿੰਘ ਮਜੀਠੀਆ ਅਤੇ ਹਨੇਰੀਆਂ ਰਾਤਾਂ 'ਚ ਝੂਠਾ ਪਰਚਾ ਦਰਜ ਕੀਤਾ। ਇਹ ਪਰਚਾ ਦਰਜ ਕਰਨ ਦੇ ਲਈ 3 DGP ਬਦਲਣੇ ਪਏ, 3 ਐਡਵੋਕੇਟ ਜਨਰਲ ਬਦਲੇ ਗਏ ਕਿ ਬਿਕਰਮ ਮਜੀਠੀਆ ਦੇ ਖਿਲਾਫ ਇਸ ਕੇਸ ਦੇ ਵਿੱਚ ਕੋਈ ਸਬੂਤ ਕੋਈ ਗਵਾਹ ਮੌਜੂਦ ਨਹੀਂ, ਤਾਂ ਹੀ ਬੇਲ ਮਿਲੀ ਨਾ, ਕਿਉਂਕਿ ਤੁਹਾਨੂੰ ਪੋਸਟਿੰਗਾਂ ਦੇ ਦਿੰਦੇ ਹਾਂ, ਤੁਸੀਂ ਬਿਕਰਮ ਮਜੀਠੀਆ ਨੂੰ ਇਸ ਕੇਸ 'ਚ ਫਸਾ ਦਿਓ। ਤਾਂ ਸਾਡਾ ਤਾਂ ਮੁੱਖ ਮੰਤਰੀ ਨੂੰ ਸਿੱਧਾ ਸਵਾਲ ਹੈ ਕਿ ਮੁੱਖ ਮੰਤਰੀ ਸਾਹਿਬ, ਫਿਰ ਤੁਸੀਂ ਆਪ ਹੀ SIT ਦੇ ਮੁਖੀ ਬਣ ਜਾਓ। ਘੱਟੋ ਘੱਟ ਜਦੋਂ ਸਰਕਾਰਾਂ ਫੇਲ ਹੋ ਜਾਂਦੀਆਂ ਨੇ ਉਦੋਂ ਹਾਈ ਕੋਰਟ ਇਨਸਾਫ਼ ਦੇਣ ਲਈ ਬੈਠਾ, ਉਹੀ ਇਨਸਾਫ਼ ਦਾ ਮੰਦਰ ਹੈ, ਉੱਥੋਂ ਇਨਸਾਫ਼ ਮਿਲਦਾ। ਬਿਕਰਮਜੀਤ ਸਿੰਘ ਮਜੀਠੀਆ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਚੀਫ ਸਪੋਕਸਪਰਸਨ ਅਰਸ਼ਪ੍ਰੀਤ ਸਿੰਘ ਕਲੇਰ ਸਾਡੇ ਨਾਲ ਮੌਜੂਦਾ ਗੱਲਬਾਤ ਕਰਨਗੇ। ਸਰ, ਪਹਿਲਾਂ ਲਗਾਤਾਰ SIT ਵੱਲੋਂ ਸਮਨ ਭੇਜੇ ਗਏ, ਪਰ ਹੁਣ SIT ਨੇ ਖੁਦ ਹੀ ਸਮਨ ਵਾਪਸ ਲੈ ਲਏ। ਦੇਖੋ, ਜਿਹੜਾ ਸਾਰਾ ਮਾਮਲਾ ਹੈ ਸਿਆਸਤ ਤੋਂ ਪ੍ਰੇਰਿਤ ਹੈ। ਦਰਅਸਲ ਜਿਹੜੀ ਕਾਂਗਰਸ ਦੀ ਸਰਕਾਰ ਸੀ, ਉਹਨੇ ਆਪਣੀਆਂ ਨਾਕਾਮੀਆਂ ਛੁਪਾਉਣ ਦੇ ਲਈ ਸਰਦਾਰ ਬਿਕਰਮ ਸਿੰਘ ਮਜੀਠੀਆ 'ਤੇ ਹਨੇਰੀਆਂ ਰਾਤਾਂ 'ਚ ਝੂਠਾ ਪਰਚਾ ਦਰਜ ਕੀਤਾ। ਇਹ ਪਰਚਾ ਦਰਜ ਕਰਨ ਦੇ ਲਈ 3 DGP ਬਦਲਣੇ ਪਏ, 3 ਐਡਵੋਕੇਟ ਜਨਰਲ ਬਦਲੇ ਗਏ, ਤਾਂ ਕਿਤੇ ਜਾ ਕੇ ਝੂਠਾ ਪਰਚਾ ਦਰਜ ਹੋਇਆ, ਉਹ ਵੀ ਉਹ ਚਟੋਪਾਧਿਆ ਸਾਹਿਬ ਜਿਹੜੇ ਕਿ ਵੈਸੇ ਤਾਂ DGP ਬਣ ਨਹੀਂ ਸਕਦੇ ਸੀ। ਸੋ ਇਸੇ ਗਿਵ ਐਂਡ ਟੇਕ ਦੇ ਵਿੱਚ ਉਹ DGP ਬਣੇ ਕਿ ਮੈਂ ਬਿਕਰਮ ਮਜੀਠੀਆ 'ਤੇ ਝੂਠਾ ਪਰਚਾ ਦਰਜ ਕਰ ਦਿੰਦਾ। ਔਰ ਉਸ ਤੋਂ ਬਾਅਦ ਇਹ ਸਭ ਲਈ ਜਾਣਨਾ ਬਹੁਤ ਜ਼ਰੂਰੀ ਹੈ ਕਿ ਪਰਚਾ ਕਿਹੜੇ ਕੇਸ ਦੇ ਵਿੱਚ ਦਰਜ ਕੀਤਾ ਗਿਆ। ਦੇਖੋ, ਹਾਸੋਹੀਣੀ ਸਥਿਤੀ ਹੈ ਕਿ ਜਿਹੜੇ ਕੇਸਾਂ ਦੇ ਵਿੱਚ ਟ੍ਰਾਇਲ ਕਨਕਲੂਡ ਹੋ ਚੁੱਕੀ ਹੈ, ਬੰਦੇ ਬਰੀ ਹੋ ਗਏ ਜਾਂ ਦੋਸ਼ੀਆਂ ਨੂੰ ਸਜ਼ਾ ਹੋ ਗਈ, ਜਿਨ੍ਹਾਂ ਨੂੰ ਸਜ਼ਾ ਹੋ ਗਈ ਉਹਨਾਂ ਦੀ ਅਪੀਲਾਂ ਹਾਈਕੋਰਟ ਪੈਂਡਿੰਗ ਹੈ, ਉਸ ਕੇਸ ਦੇ ਵਿੱਚ ਸਰਦਾਰ ਬਿਕਰਮ ਸਿੰਘ ਮਜੀਠੀਆ 'ਤੇ ਦਸੰਬਰ 2016 ਦੇ ਵਿੱਚ ਪਰਚਾ ਦਰਜ ਕੀਤਾ ਗਿਆ। ਔਰ ਜਿਸ ਦਿਨ ਹਾਈਕੋਰਟ ਨੇ ਵੀ ਬੇਲ ਦਿੱਤੀ ਸੀ, ਉਹਨਾਂ ਨੇ ਆਪਣੀ ਬੇਲ ਦਾ ਜਿਹੜਾ 25 ਪੇਜ ਦਾ ਆਰਡਰ ਹੈ ਉਹਦੇ 'ਚ ਲਿਖਿਆ ਸੀ ਕਿ ਬਿਕਰਮ ਮਜੀਠੀਆ ਦੇ ਖਿਲਾਫ ਇਸ ਕੇਸ ਦੇ ਵਿੱਚ ਕੋਈ ਸਬੂਤ ਕੋਈ ਗਵਾਹ ਮੌਜੂਦ ਨਹੀਂ, ਤਾਂ ਹੀ ਬੇਲ ਮਿਲੀ ਨਾ, ਨਹੀਂ ਡਰੱਗ ਦੇ ਕੇਸ 'ਚ ਕਿਹਨੂੰ ਬੇਲ ਮਿਲਦੀ ਹੈ। ਔਰ ਉਸ ਤੋਂ ਬਾਅਦ ਲਗਾਤਾਰ, ਕਿਉਂਕਿ ਬਿਕਰਮ ਮਜੀਠੀਆ ਸਾਹਿਬ ਸਰਕਾਰ ਦੇ ਉੱਤੇ ਉਹਦੀ ਮਾੜੀ ਕਾਰਗੁਜ਼ਾਰੀ ਨੂੰ ਲੈ ਕੇ ਹਮਲਾਵਰ ਨੇ, ਤਾਂ ਫਿਰ ਸਮਨ ਪੋਲਿਟਿਕਸ ਸ਼ੁਰੂ ਕਰਤੀ। ਹਾਲਾਂਕਿ ਬੇਲ ਅਪੋਜ਼ ਕਰਨ ਲੱਗੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਈ ਕਸਰ ਨਹੀਂ ਛੱਡੀ, ਦਿੱਲੀਓਂ ਮਹਿੰਗੇ ਵਕੀਲ ਆਏ, 3 ਤਰੀਕਾਂ ਲਈਆਂ, ਪਰ ਕੋਈ ਸਬੂਤ ਨਹੀਂ ਪੇਸ਼ ਕਰ ਸਕੇ। SITਆਂ ਲਗਾਤਾਰ ਬਦਲਦੇ ਰਹੇ, ਕਦੇ ਬਲਰਾਜ ਸਿੰਘ ਦੀ SIT, ਕਦੇ SRahul ਦੀ SIT, ਕਦੇ ਛੀਨਾ ਸਾਹਿਬ ਦੀ SIT, ਕਦੇ ਹਰਚਰਨ ਭੁੱਲਰ ਸਾਹਿਬ ਦੀ SIT, ਕਿ ਕਿਸੇ ਤਰੀਕੇ ਫਸਾ ਦਿਓ ਬਸ, ਕਿਸੇ ਤਰੀਕੇ, ਕਿਉਂਕਿ ਤੁਹਾਨੂੰ ਪੋਸਟਿੰਗਾਂ ਦੇ ਦਿੰਦੇ ਹਾਂ, ਤੁਸੀਂ ਬਿਕਰਮ ਮਜੀਠੀਆ ਨੂੰ ਇਸ ਕੇਸ 'ਚ ਫਸਾ ਦਿਓ। ਤਾਂ ਸਾਡਾ ਤਾਂ ਮੁੱਖ ਮੰਤਰੀ ਨੂੰ ਸਿੱਧਾ ਸਵਾਲ ਹੈ ਕਿ ਮੁੱਖ ਮੰਤਰੀ ਸਾਹਿਬ, ਫਿਰ ਤੁਸੀਂ ਆਪ ਹੀ SIT ਦੇ ਮੁਖੀ ਬਣ ਜਾਓ, ਕਿਉਂਕਿ ਤੁਸੀਂ ਤਾਂ ਅਖਬਾਰਾਂ 'ਚ ਇੰਟਰਵਿਊ ਦਿੰਦੇ ਹੋ ਕਿ ਹੁਣ ਮੈਂ ਜਾਂਚ ਕਰ ਰਹੇ ਹਾਂ, ਹੁਣ ਮੈਂ ਦੇਖਦਾ ਉਹ 'ਚ ਕੀ ਲਾਇਕੂਨੇ ਨੇ, ਮੈਂ ਇਹਨੂੰ ਪਲੱਗਇਨ ਕਰੂੰਗਾ, ਤਾਂ ਫਿਰ ਤੁਸੀਂ ਆਪ ਕਿਉਂ ਨਹੀਂ ਜਾਂਚ ਨੂੰ ਹੈਡ ਕਰਦੇ। ਔਰ ਫਿਰ ਇਹ ਜਿਹੜੇ ਸੰਮਨ, ਕਦੇ ਉੱਥੇ ਬੁਲਾ ਜਾਓ ਜੀ, ਪਟਿਆਲੇ ਆ ਜਾਓ, ਉੱਥੇ 4-4, 5-5 ਘੰਟੇ ਤੁਸੀਂ ਪੁੱਛਗਿੱਛ ਦੇ ਨਾਮ 'ਤੇ ਬੈਠੇ ਹੋ, ਅਤੇ ਸਰਕਾਰ ਕੋਲ ਕੋਈ ਸਬੂਤ ਹੀ ਹੈ ਨਹੀਂ ਗਾ, ਕੋਈ ਸਵਾਲ ਹੀ ਹੈ ਨਹੀਂ ਗਾ, ਇਨਵੈਸਟੀਗੇਸ਼ਨ ਨਾਲ ਰਿਲੇਟਡ ਕੋਈ ਸਵਾਲ ਨਹੀਂ, ਬੇਤੁੱਕੀਆਂ ਗੱਲਾਂ, ਬੇਤੁੱਕੇ ਸਵਾਲ। ਔਰ ਫਿਰ ਸਾਨੂੰ ਮਜਬੂਰਨ ਹਾਈਕੋਰਟ ਜਾਣਾ ਪਿਆ ਇਸ ਸਿਆਸੀ ਡਰਾਮੇ ਦਾ ਅੰਤ ਕਰਨ ਦੇ ਲਈ। ਅਤੇ ਜਦੋਂ ਹਾਈਕੋਰਟ ਗਏ, ਹਾਈਕੋਰਟ ਨੇ SIT ਦਾ ਜਵਾਬ ਮੰਗਿਆ, ਤਾਂ ਉੱਥੋਂ SIT ਨਾਲੇ ਤਾਂ ਫਟਕਾਰ ਪਈ, ਨਾਲੇ ਦੁੰਮ ਦਬਾ ਕੇ ਭੱਜੀ, ਕਿਉਂਕਿ ਦੱਸਣ ਨੂੰ ਹੀ ਕੁਛ ਨਹੀਂ, ਕਿਉਂਕਿ ਇਹ ਉਹ ਕੇਸ ਹੈ ਜਿਹਦੇ 'ਚ ਕੋਈ ਐਵੀਡੈਂਸ ਨਹੀਂ, ਕੋਈ ਰਿਕਵਰੀ ਨਹੀਂ। ਸੋ ਫਿਰ ਅੱਜ ਹਾਈਕੋਰਟ ਦੇ ਵਿੱਚ ਸਰਕਾਰ ਦਾ ਝੂਠ ਮੁੱਦੇ ਮੂੰਹ ਡਿੱਗਿਆ, ਅਤੇ ਮੈਨੂੰ ਬਹੁਤ ਮੇਰਾ ਸਿਰ ਝੁਕਦਾ, ਮੈਨੂੰ ਖੁਸ਼ੀ ਹੈ ਕਿ ਘੱਟੋ ਘੱਟ ਜਦੋਂ ਸਰਕਾਰਾਂ ਫੇਲ ਹੋ ਜਾਂਦੀਆਂ ਨੇ ਉਦੋਂ ਹਾਈਕੋਰਟ ਇਨਸਾਫ਼ ਦੇਣ ਲਈ ਬੈਠਾ, ਉਹੀ ਇਨਸਾਫ਼ ਦਾ ਮੰਦਰ ਹੈ, ਉੱਥੋਂ ਇਨਸਾਫ਼ ਮਿਲਦਾ। ਪਰ ਦੇਖਿਆ ਜਾਵੇ ਤਾਂ ਲਗਾਤਾਰ ਪਟਿਆਲਾ ਦੇ ਵਿੱਚ SIT ਬਿਠਾਈ ਗਈ ਸੀ, ਕਦੇ SIT ਬਦਲ ਦਿੱਤੀ ਜਾਂਦੀ ਸੀ, ਕਦੇ ਵਾਰ ਵਾਰ ਬੁਲਾਇਆ ਜਾਂਦਾ ਸੀ, ਤਾਂ ਜੇਕਰ ਪਹਿਲਾਂ ਹੀ ਬੇਲ ਮਿਲ ਗਈ ਸੀ ਤਾਂ ਕੀ SIT ਕੋਲ ਇੰਨੀ ਪਾਵਰ ਹੁੰਦੀ ਹੈ ਕਿ ਉਹ ਆਪਣੇ ਦਮ ਦੇ ਉੱਤੇ ਵਾਰ ਵਾਰ ਸਮਨ ਭੇਜ ਕੇ ਬੁਲਾ ਸਕੇ? ਇਹ ਸਰਕਾਰੀ ਧੱਕਾਸ਼ਾਹੀ ਹੈ, ਔਰ ਇਹ ਧੱਕਾਸ਼ਾਹੀ ਸਰਕਾਰ ਕਰਦੀ ਰਹਿੰਦੀ ਹੈ।
ਸਰਕਾਰ ਦਾ ਇੱਕੋ ਮਕਸਦ ਹੈ ਕਿ ਜਿਹੜੇ ਸਰਕਾਰ ਦੇ ਖਿਲਾਫ਼ ਬੋਲਦੇ ਨੇ, ਚਾਹੇ ਉਹ ਮੀਡੀਆ ਹਾਊਸ ਹੈ ਚਾਹੇ ਵਿਰੋਧੀ ਧਿਰ ਦਾ ਨੇਤਾ, ਉਹਦੀ ਜ਼ੁਬਾਨ ਬੰਦ ਕਰਾ ਦਿਓ ਕਿਸੇ ਵੀ ਤਰੀਕੇ ਕਰਾ ਦਿਓ। ਪਰ ਫਿਰ ਮੈਂ ਕਹਿਣਾ ਕਿ ਜਦੋਂ ਕੋਰਟ ਦੇ ਵਿੱਚ ਜਾਣਾ, ਕੋਰਟ ਦੇ ਵਿੱਚ ਚੱਲਣਾ ਕਾਨੂੰਨ, ਕੋਰਟ ਦੇ ਵਿੱਚ ਚੱਲਣੇ ਨੇ ਸਬੂਤ, ਕੋਰਟ ਦੇ ਵਿੱਚ ਚੱਲਣੀ ਹੈ ਸੱਚਾਈ, ਉੱਥੇ ਜਾ ਕੇ ਫਿਰ ਜਦੋਂ ਇਹ ਸਰਕਾਰਾਂ ਮੁੱਦੇ ਮੂੰਹ ਡਿੱਗਦੀਆਂ ਨੇ ਤਾਂ ਉੱਥੋਂ ਇਹਨਾਂ ਨੂੰ ਸਬਕ ਲੈਣਾ ਚਾਹੀਦਾ ਕਿ ਸਰਕਾਰ ਦਾ ਕੰਮ ਹੈ ਸੂਬੇ ਦੀ ਬਿਹਤਰੀ ਲਈ ਕੰਮ ਕਰਨਾ, ਸਰਕਾਰ ਦਾ ਕੰਮ ਹੈ ਆਪਣੇ ਲੋਕਾਂ ਦੇ ਲਈ ਪੋਲਿਸੀ ਬਣਾਉਣਾ, ਸਰਕਾਰ ਦਾ ਕੰਮ ਸਿਆਸੀ ਬਦਲਾਖੋਰੀ ਨਹੀਂ। ਸੋ ਆਸ ਕਰਦੇ ਹਾਂ ਕਿ ਅੱਜ ਜਿਹੜੀ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਦੇ ਚਪੇੜ ਵੱਜੀ ਹੈ, ਇਸ ਤੋਂ ਬਾਅਦ ਇਹਨਾਂ ਦੀ ਜਾਗ ਖੁੱਲ੍ਹੇਗੀ ਅਤੇ ਸਹੀ ਦਿਸ਼ਾ ਦੇ ਵਿੱਚ ਕੰਮ ਕਰਨਗੇ। ਹਾਈਕੋਰਟ ਦੇ ਵਿੱਚ ਇਹ ਕੇਸ ਗਿਆ ਸੀ, ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਅਜਿਹੇ ਹਾਲਾਤ ਬਣਦੇ ਆ ਤਾਂ ਕੀ ਦੁਬਾਰਾ ਫਿਰ ਰੁੱਖ ਕੀਤਾ ਜਾਵੇਗਾ? ਦੇਖੋ, ਸਾਨੂੰ ਕੋਰਟਾਂ 'ਤੇ ਪੂਰਨ ਵਿਸ਼ਵਾਸ ਹੈ, ਸਰਕਾਰਾਂ ਨੇ ਧੱਕੇ ਕਰਨੋਂ ਹਟਣਾ ਨਹੀਂ, ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਤਾਂ ਇਹ ਕਰਨਾ ਹੀ ਹੈ, ਇੱਕ ਨਹੀਂ ਦੂਜਾ, ਦੂਜਾ ਨਹੀਂ ਤੀਜਾ। ਪਰ ਜਿੰਨਾ ਚਿਰ ਹਾਈ ਕੋਰਟ ਜਾਂ ਸੁਪਰੀਮ ਕੋਰਟ ਆਫ ਇੰਡੀਆ, ਤਾਂ ਮੈਂ ਫਿਰ ਦੁਬਾਰਾ ਕਹਿ ਦਿਆਂ ਕਿ ਸਾਡਾ ਜੁਡੀਸ਼ਰੀ 'ਚ ਪੂਰਨ ਵਿਸ਼ਵਾਸ ਹੈ, ਸਰਕਾਰ ਕੋਈ ਵੀ ਧੱਕਾ ਕਰੂਗੀ ਤਾਂ ਕੋਰਟ ਇੰਟਰਵੀਨ ਵੀ ਕਰੂਗੀ ਅਤੇ ਕੋਰਟ ਇਨਸਾਫ ਵੀ ਕਰੂਗੀ। ਨਹੀਂ, ਹੁਣੇ ਤਾਂ ਸਰਕਾਰ ਦੱਸੂਗੀ ਜੀ, ਜਿਹੜੀ ਸਰਕਾਰ ਅੱਜ ਹਾਈ ਕੋਰਟ ਤੋਂ ਭੱਜ ਗਈ ਕਿਉਂਕਿ ਕੋਈ ਸਬੂਤ ਨਹੀਂ, ਕੋਈ ਗਵਾਹ ਨਹੀਂ, ਇਹ ਤਾਂ ਹੁਣ ਸਰਕਾਰ ਦੱਸੂਗੀ। ਬਿਲਕੁਲ, ਇਸ ਕੇਸ ਦੇ ਵਿੱਚ ਲਗਾਤਾਰ ਪਹਿਲਾਂ ਸੰਮਣ ਭੇਜੇ ਜਾ ਰਹੇ ਸੀ, ਪਰ ਹੁਣ ਸਰਕਾਰ ਹੀ ਆਪਣੇ ਹੱਥ ਪਿੱਛੇ ਖਿੱਚ ਚੁੱਕੀ ਹੈ, SIT ਦੇ ਵੱਲੋਂ ਸੰਮਣ ਜੋ ਭੇਜੇ ਗਏ ਸੀ ਉਹ ਵੀ ਵਾਪਸ ਲੈ ਲਏ ਗਏ ਆ, ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸਾਹਮਣੇ ਆਉਂਦਾ ਹੈ, ਕਿਉਂਕਿ ਲਗਾਤਾਰ ਬਿਕਰਮਜੀਤ ਸਿੰਘ ਮਜੀਠੀਆ ਨੂੰ ਪਟਿਆਲਾ ਦੀ SIT ਦੇ ਵੱਲੋਂ ਬੁਲਾਇਆ ਜਾਂਦਾ ਸੀ, ਸੰਮਣ ਭੇਜੇ ਜਾਂਦੇ ਸੀ, ਪਰ ਅੱਜ ਹਾਈਕੋਰਟ ਨੇ ਇੱਕ ਵੱਡੀ ਰਾਹਤ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਨੂੰ ਦਿੱਤੀ ਹੈ। ਵੀਡੀਓ ਜਰਨਲਿਸਟ ਸੰਦੀਪ ਦੇ ਨਾਲ ਇੰਦਰ ਸਿੱਧੂ, ABP ਸਾਂਝਾ, ਚੰਡੀਗੜ੍ਹ।